ਪੰਜਾਬੀ ਮਸਲੇ ਚੈਨਲ ਵਿੱਚ ਤੁਹਾਡਾ ਸਭ ਦਾ ਸਵਾਗਤ ਕੀਤਾ ਜਾਂਦਾ ਜੀ। ਦੋਸਤੋ ਅੱਜ ਗੱਲ ਕਰਦੇ ਹਾਂ ਸਿੱਧੂ ਮੂਸੇਵਾਲ ਦੀ ਮੋਸਟੇਪ ਅਤੇ ਕਰਨ ਔਜਲਾ ਦੀ ਨਿਊ ਆਈ ਐਲਬਮ ਬੀਟੀ ਐਪਯੂ ਦੀ। ਇੱਥੇ ਤੁਹਾਨੂੰ ਅਸੀਂ ਦੱਸ ਦਈਏ ਕਿ ਅਸੀਂ ਕਿਸੇ ਵੀ ਸਿੰਗਰ ਦੀ ਸਾਈਡ ਨਹੀਂ ਲੈ ਰਹੇ, ਜੋ ਸੱਚ ਆ ਉਹੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਪਹਿਲਾਂ ਗੱਲ ਸਟਾਰਟ ਕਰਦੇ ਹਾਂ ਜੀ ਸਿੱਧੂ ਮੂਸੇਵਾਲ ਦੀ ਮੋਸਟੇਪ ਦੀ। ਦੋਸਤੋ ਤੁਸੀਂ ਵਿੰਕ ਐਪ ਬਾਰੇ ਤਾਂ ਜਾਣਦੇ ਹੀ ਹੋਣੇ ਹੋ, ਜਿੱਥੇ ਤੁਸੀਂ ਫ੍ਰੀ ਵਿੱਚ ਹੈਲੋਟੂਨ ਲਾ ਸਕਦੇ ਹੋ। ਜੇਕਰ ਆਪਾਂ ਇਸ ਐਪ ਦੇ ਉੱਪਰ ਸਿੱਧੂ ਮੂਸੇਵਾਲ ਦੀ ਮੋਸਟੇਪ ਦੇ ਸੌਂਗ ਓਪਨ ਕਰਦੇ ਹਾਂ ਤਾਂ ਤੁਸੀਂ ਸਾਫ ਦੇਖ ਸਕਦੇ ਹੋ ਕਿ ਨੋਟ ਅਵੇਲੇਬਲ ਆਉਂਦਾ ਹੈ। ਮੋਸਟੇਪ ਦਾ ਕੋਈ ਵੀ ਸੌਂਗ ਲੈ ਲਵੋ, ਸਾਰੇ ਗਾਣਿਆਂ ਉੱਪਰ ਹੀ ਨੋਟ ਅਵੇਲੇਬਲ ਆਉਂਦੇ ਹਨ। ਹੁਣ ਉੱਧਰ ਜੇਕਰ ਤੁਸੀਂ ਕਰਨ ਔਜਲਾ ਦੀ ਐਲਬਮ ਬੀਟੀ ਐਫਯੂ ਦੇ ਗਾਣੇ ਓਪਨ ਕਰਦੇ ਹੋ ਤਾਂ ਤੁਸੀਂ ਫ੍ਰੀ ਵਿੱਚ ਹੈਲੋਟੂਨ ਸੈੱਟ ਕਰ ਸਕਦੇ ਹੋ। ਕਰਨ ਔਜਲਾ ਦੇ ਲਗਭਗ ਹਰ ਗਾਣੇ ਉੱਪਰ ਤੁਸੀਂ ਫ੍ਰੀ ਵਿੱਚ ਹੈਲੋਟੂਨ ਲਗਵਾ ਸਕਦੇ ਹੋ। ਹੁਣ ਆਉਂਦੇ ਹਾਂ ਜੀ ਅਸਲ ਮੁੱਦੇ 'ਤੇ। ਦੋਸਤੋ ਇਸ ਐਪ ਉੱਪਰ ਤੁਸੀਂ ਜਿਸ ਗਾਣੇ ਦੀ ਬਹੁਤ ਜ਼ਿਆਦਾ ਡਿਮਾਂਡ ਹੁੰਦੀ ਆ ਉਹ ਤੁਸੀਂ ਇਸ ਐਪ ਉੱਪਰ ਫ੍ਰੀ ਵਿੱਚ ਗਾਣਾ ਨਹੀਂ ਲਾ ਸਕਦੇ। ਜਿਸ ਗਾਣੇ ਦੀ ਘੱਟ ਡਿਮਾਂਡ ਹੁੰਦੀ ਆ ਉਹ ਤੁਸੀਂ ਗਾਣਾ ਜਦੋਂ ਮਰਜ਼ੀ ਫ੍ਰੀ ਵਿੱਚ ਹੈਲੋਟੂਨ ਲਾ ਸਕਦੇ ਹੋ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਵੋ ਕਿ ਕਿਸ ਐਲਬਮ ਦੀ ਜ਼ਿਆਦਾ ਡਿਮਾਂਡ ਆ ਅਤੇ ਕਿਸ ਦੀ ਘੱਟ। ਬਾਕੀ ਇਹ ਵਾਲੀ ਅਪਡੇਟਸ ਕਿਵੇਂ ਲੱਗੀ ਕਮੈਂਟਸ ਕਰਕੇ ਜ਼ਰੂਰ ਦੱਸਿਓ। ਐਵੇਂ ਦੀਆਂ ਹੋਰਨਾਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।